ਸਤਿ ਸ਼੍ਰੀ ਅਕਾਲ, ਮੈਂ ਹਾਂ ਤੇਜ ਪ੍ਰਤਾਪ ਸਿੰਘ ਕਾਲੋਂ। ਅਸੀਂ ਲੈ ਕੇ ਆਏ ਹਾਂ ਪ੍ਰੋਗਰਾਮ ਪੰਚਾਇਤੀ ਚੋਣਾਂ ਦਾ ਅਖਾੜਾ। ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਦੰਗਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਅਤੇ ਇਸੇ ਦੇ ਤਹਿਤ ਅੱਜ ਅਸੀਂ ਪਿੰਡ ਛੀਨਾ ਰੇਲਵੇ 'ਚ ਪਹੁੰਚੇ ਹਾਂ। ਇਸ ਪਿੰਡ ਦੇ ਵਿੱਚ ਕੀ ਵਿਕਾਸ ਕਾਰਜ ਅਜੇ ਤੱਕ ਹੋਏ ਨੇ, ਅਤੇ ਅਗਲੀ ਪੰਚਾਇਤ ਜਿਹੜੀ ਆ ਉਹ ਕੀ ਕਿਹੜੇ ਕਿਹੜੇ ਵਿਕਾਸ ਕਾਰਜ ਕਰਾਉਣੇ ਆ, ਉਹਨਾਂ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ। ਮੈਂ ਸਭ ਤੋਂ ਪਹਿਲਾਂ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਪੰਥਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗਾ ਕਿ ਉਹਨਾਂ ਨੇ 5 ਸਾਲ ਜਿਹੜੇ ਸਰਪੰਚ ਦੇ ਆਪਣੇ ਕਾਰਜਕਾਲ ਦੇ ਵਿੱਚ ਪਿੰਡ ਦੇ ਵਿਕਾਸ ਕਾਰਜ ਕਰਾਏ ਨੇ, ਉਹਨਾਂ ਬਾਰੇ ਜਾਣਕਾਰੀ ਦੇਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਛੀਨਾ ਪਿੰਡ ਆ ਇਹ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਚੁੱਕਾ ਹੈ ਪਿੰਡ, ਜਿਹਨੇ ਪਿਛਲੇ 5 ਸਾਲਾਂ ਦੇ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਨੇ ਕਿ ਆਪਣਾ ਉਹਨੇ ਆਪਣੀ ਇੱਕ ਵਿਲੱਖਣ ਜਿਹੜਾ ਨਾਮ ਆ ਉਹ ਪੂਰੇ ਸੂਬੇ ਦੇ ਵਿੱਚ, ਦੇਸ਼ ਦੇ ਵਿੱਚ ਅਤੇ ਵਿਸ਼ਵ ਦੇ ਵਿੱਚ ਪੇਸ਼ ਕੀਤਾ। ਇਹ ਮਾਝੇ ਦੀ ਧਰਤੀ 'ਤੇ ਐਸਾ ਪਿੰਡ ਆ ਜਿਹਨੇ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਹੈ। ਪੰਜਾਬ ਦੇ ਵਿੱਚ ਐਸਾ ਪਿੰਡ ਹੈ ਜਿਹਨੇ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਛੀਨਾ ਪਿੰਡ ਨੈਸ਼ਨਲ ਅਵਾਰਡੀ ਇੱਕ ਅਜਿਹਾ ਪਿੰਡ ਹੈ ਜਿਹਨੇ 32 ਲੱਖ ਦਾ ਸੀਵਰੇਜ ਮਾਤਰ 8.5 ਲੱਖ ਦੇ ਵਿੱਚ ਪਾ ਕੇ ਇੱਕ ਆਪਣੀ ਇਮਾਨਦਾਰੀ ਦੀ ਅਲੱਗ ਪਹਿਚਾਣ ਦਿੱਤੀ ਹੈ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਮ ਕੁਮਾਰ ਜੀ ਮੋਹਾਲੀ ਤੋਂ ਨੇ, ਜਿਨ੍ਹਾਂ ਨੇ ਸਾਡੇ ਪਿੰਡ ਦੀ ਉਦਾਹਰਣ ਲੈ ਕੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੈ ਕਿ ਜੇਕਰ ਛੀਨਾ ਪਿੰਡ ਦੇ ਵਿੱਚ 32 ਲੱਖ ਦਾ ਕੰਮ 8.5 ਲੱਖ ਵਿੱਚ ਹੋ ਸਕਦਾ ਤਾਂ ਫਿਰ ਪੈਸਾ ਕਿੱਥੇ ਜਾਂਦਾ। ਸਵੱਛ ਭਾਰਤ ਦੀ ਗੱਲ ਕਰੀਏ ਤਾਂ ਉਹ ਸੀਵਰੇਜ ਤੋਂ ਸਟਾਰਟ ਹੁੰਦੀ ਹੈ। ਅਜਿਹੀਆਂ ਕਈ ਤਰਜ਼ਾਂ ਦੇ ਆਧਾਰ 'ਤੇ ਜਿਹੜਾ ਇੱਕ ਛੀਨਾ ਪਿੰਡ ਆ ਉਹ ਰੋਲ ਮਾਡਲ ਵਜੋਂ ਵਿਕਸਿਤ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ 24 ਅਪ੍ਰੈਲ ਨੂੰ ਛੀਨਾ ਪਿੰਡ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਪ ਰਾਸ਼ਟਰਪਤੀ ਸ਼੍ਰੀ ਵੈਂਕਿਆ ਨਾਇਡੂ ਜੀ ਵੱਲੋਂ ਵਿਗਿਆਨ ਭਵਨ ਦਿੱਲੀ ਵਿਖੇ ਮਾਡਲ ਵਿਲੇਜ ਦੇ ਨਾਮ ਨਾਲ ਇਹਨੂੰ ਨਿਵਾਜਿਆ ਗਿਆ। ਛੀਨਾ ਪਿੰਡ ਨੇ ਐਸੇ ਸਨਮਾਨ ਪ੍ਰਾਪਤ ਕੀਤੇ ਨੇ ਇੱਕ ਛੋਟੇ ਜਿਹੇ ਟਰਮ ਦੇ ਵਿੱਚ, ਮੈਂ ਕਹਿ ਸਕਦਾ ਕਿ 5 ਸਾਲਾਂ ਦੇ ਵਿੱਚ ਜਿਹੜੀ ਆਪਣੀ ਪਛਾਣ ਬਣਾ ਸਕਿਆ। ਉਹਦੇ ਲਈ ਮੈਂ ਆਪਣੇ ਪਿੰਡ ਵਾਸੀਆਂ ਦਾ ਅਤੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇਸ ਪਿੰਡ ਨੂੰ ਇਸ ਮੁਕਾਮ ਤੱਕ ਲੈ ਕੇ ਜਾਣ ਲਈ, ਵਾਹਿਗੁਰੂ ਜੀ ਦਾ ਉਹਨਾਂ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ। ਇਹ ਸਨ ਪੰਥਦੀਪ ਸਿੰਘ ਸਰਪੰਚ, ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਉਹ ਗਣਾਈਆਂ। ਹੁਣ ਉਹਨਾਂ ਦੇ ਮੁਕਾਬਲੇ ਇਸ ਪਿੰਡ ਦੇ ਵਿੱਚ ਸਰਪੰਚ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਉਹ ਸਾਡੇ ਪਾਸ ਖੜ੍ਹੇ ਨੇ। ਮੈਂ ਦੱਸਣਾ ਚਾਹਾਂਗਾ ਕਿ ਪਿੰਡ ਦੇ ਬਹੁਤ ਹੀ ਸੀਨੀਅਰ ਆਗੂ ਸਰਦਾਰ ਬਾਬਾ ਸਿੰਘ, ਉਹਨਾਂ ਦੇ ਸਪੁੱਤਰ ਨੇ ਸਰਦਾਰ ਬਾਬਾ ਸਿੰਘ ਜੀ ਵੀ ਸਰਪੰਚ ਰਹਿ ਚੁੱਕੇ ਨੇ, ਉਹਨਾਂ ਵੀ ਪਿੰਡ ਦੇ ਵਿਕਾਸ ਕਾਰਜ ਕਰਾਏ ਨੇ। ਮੈਂ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜੇ ਸਰਪੰਚ ਬਣਦੇ ਨੇ ਤਾਂ ਉਹ ਕਿਹੜੇ ਕਿਹੜੇ ਕਾਰਜ ਕਰਾਉਣਗੇ ਔਰ ਉਹ ਕਿਹੜੇ ਪ੍ਰੋਗਰਾਮਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਆਏ ਨੇ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਅਸੀਂ ਮਨੋਰਥ ਨੂੰ ਵੀ ਜਦੋਂ ਅਸੀਂ 2003 ਦੇ ਵਿੱਚ ਸਰਪੰਚ ਹਾਂ, ਫਿਰ 8 ਦੇ ਵਿੱਚ ਬਣੇ। ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਵੀ 1975 ਦੇ ਵਿੱਚ ਬਲਾਕ ਸੰਮਤੀ ਮੈਂਬਰ ਵੀ ਰਹੇ, 3 ਵਾਰੀ ਧਾਰੀਵਾਲ ਬਲਾਕ ਸੰਮਤੀ ਦੇ ਮੈਂਬਰ ਰਹੇ ਨੇ, ਸਰਦਾਰ ਬਾਬਾ ਸਿੰਘ ਜੀ ਇਹਨਾਂ ਦਾ ਨਾਮ ਆ। ਅਤੇ ਜਦੋਂ ਅਸੀਂ ਬਣੇ, ਮੈਂ ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਨੂੰ ਜਿਹੜਾ, ਕਿਉਂਕਿ ਮੈਂ ਸਪੋਰਟਸ ਕਾਲਜ ਜਲੰਧਰ ਤੋਂ BA ਕੀਤੀ ਹੋਈ ਆ ਸਪੋਰਟਸ ਕੋਟੇ ਦੇ ਵਿੱਚ, ਅਤੇ ਮੈਂ ਵੇਖਿਆ ਸੀ ਵੀ ਜਦੋਂ ਨੌਜਵਾਨ ਜਿਹੜੇ ਇਹਨਾਂ ਨੂੰ ਕਿਸੇ ਪਾਸੇ ਵਾਸਤੇ ਗਰਾਊਂਡ ਜਿਹੜੀ ਆ ਉਹ ਛਡਵਾਈ ਗਈ। ਉਸ ਤੋਂ ਬਾਅਦ ਕੋਈ ਗਰਾਊਂਡ ਨਹੀਂ ਲੱਭੀ, ਨਾ ਕੋਈ ਉੱਥੇ ਟੋਏ ਟਾਏ ਜਾ ਕੇ ਵੇਖ ਲਓ ਨੌਜਵਾਨਾਂ ਨੂੰ। ਨੌਜਵਾਨ ਜਿਹੜੇ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਵਿਸ਼ੇਸ਼ ਕੋਈ ਕੈਂਪ ਲਗਾਏ ਜਾਣਗੇ, ਅਤੇ ਹੋਰ ਜਿਹੜਾ ਵਿਕਾਸ ਕੰਮ ਆ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਨਿਪਰੇ ਚੜਾਇਆ ਜਾਊਗਾ, ਮੇਰੀ ਤਾਂ ਇਹ ਸੋਚ ਆ। ਤੁਸੀਂ ਮੈਂਬਰ ਪੰਜਾਬ ਦੀ ਇਲੈਕਸ਼ਨ ਲੜ ਰਹੇ ਜੀ, ਤੁਹਾਡਾ ਨਾਂ ਕੀ ਹੈ? ਮੇਰਾ ਰਮੇਸ਼ ਭਗਤ ਹੈ ਜੀ। ਭਗਤ ਜੀ, ਤੁਸੀਂ ਦੱਸੋ ਕਿ ਤੁਸੀਂ ਕਿਸ ਮਕਸਦ ਨੂੰ ਲੈ ਕੇ ਪੰਚਾਇਤ ਦੀ ਜਿਹੜੀ ਆ ਮੈਂਬਰ ਦੀ ਚੋਣ ਲੜ ਰਹੇ ਜੀ? ਮੈਂ ਆਪਣੀ ਪੰਚਾਇਤ ਦੀ ਮੈਂਬਰ ਦੀ ਚੋਣ ਇਸ ਕਰਕੇ ਲੜ ਰਿਹਾ ਵਾਂ ਕਿਉਂਕਿ ਜਿਹੜੇ ਪੰਥਦੀਪ ਸਿੰਘ ਹਣੀ ਆ ਇਹ ਮੇਰੇ ਪਿੰਡ ਦੇ ਜਿਹੜੇ ਪਹਿਲਾਂ ਵੀ 5 ਸਾਲ ਪਿਛਲੇ ਪੁਰਾਣੇ ਸਰਪੰਚ ਰਹਿ ਚੁੱਕੇ ਆ, ਬੜੇ ਸੁਲਝੇ ਸਿਆਣੇ ਪੜ੍ਹੇ ਲਿਖੇ, ਠੀਕ ਆ ਜੀ, ਅਤੇ ਹਰ ਇੱਕ ਦਾ ਸਾਥ ਦੇਣ ਵਾਲੇ ਬੰਦੇ ਆ। ਔਰ ਇਹਨਾਂ ਜਿੰਨੀ ਪਿੰਡ ਦੇ ਵਿੱਚ ਡਿਵੈਲਪਮੈਂਟ ਕਰਾਈ ਆ ਉਹ ਜੱਗ ਜ਼ਾਹਰ ਆ, ਸਾਰਾ ਜੱਗ ਜਾਣਦਾ। ਹੁਣ ਅਸੀਂ ਪਿੰਡ ਛੀਨਾ ਦੀਆਂ ਗਲੀਆਂ ਦੇ ਵਿੱਚ ਆਏ ਹਾਂ, ਪਿੰਡ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੋਏ ਆ ਉਹਨਾਂ ਬਾਰੇ ਆਮ ਲੋਕਾਂ ਦੀ ਰਾਏ ਜਾਣਨ ਵਾਸਤੇ ਅਸੀਂ ਖੜ੍ਹੇ ਹਾਂ। ਸਭ ਤੋਂ ਪਹਿਲਾਂ ਮੈਂ ਇਸ ਪਿੰਡ ਦੇ ਵਾਸੀ ਦਲਜੀਤ ਸਿੰਘ ਹੁਣਾਂ ਨਾਲ ਗੱਲਬਾਤ ਕਰਾਂਗਾ। ਸਰਦਾਰ ਦਲਜੀਤ ਸਿੰਘ ਜੀ, ਦੱਸੋ ਕਿ ਪਿੰਡ, ਤੁਹਾਡੇ ਪਿੰਡ ਨੂੰ ਅਵਾਰਡ ਮਿਲਿਆ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ, ਤੁਸੀਂ ਇਸ ਬਾਰੇ ਜਾਣਕਾਰੀ ਦਿਓ। ਸਰ, ਇਹ ਜਿਹੜੇ ਜਿੱਥੇ ਅਸੀਂ ਖਲੋਤੇ ਆ ਨਾ, ਉਦੋਂ ਮੇਰੀ ਪਤਨੀ ਨਰਿੰਦਰ ਕੌਰ ਸਰਪੰਚ ਸੀ 2003 ਦੇ ਵਿੱਚ। ਇਹ ਸਰ ਸਾਡੇ ਹੱਥਾਂ ਦੇ ਵਿੱਚ ਗਲੀ ਬਣੀ, ਸਾਡੀ ਬਣੀ ਜੀ, ਅਤੇ ਬਾਅਦ 'ਚ ਨਹੀਂ ਜੇ ਬਣੀ ਹੈ ਗਲੀ, ਅਤੇ ਵੇਖ ਲਓ ਆਪਣੇ ਹੱਥੀਂ, ਵੇਖ ਲਓ ਕਿੰਨਾ ਗੰਦ ਜੇ ਆਪਣੇ ਸਾਹਮਣੇ ਪਿਆ, ਅਤੇ ਹੋਰ ਵੀ ਬਣੀਆਂ ਸਾਡੇ ਪਿੰਡ 'ਚ ਅਜੇ ਤੱਕ। ਇਹ ਕੱਚੀਆਂ ਗਲੀਆਂ ਵੀ ਹੈਗੀਆਂ ਜੀ, ਜੈਸੇ ਨੈਸ਼ਨਲ ਅਵਾਰਡ ਦੀ ਗੱਲ ਕਰਦੇ ਜੇ ਨਾ, ਕੱਚੀਆਂ ਗਲੀਆਂ ਵੀ ਹੈਗੀਆਂ ਜੀ, ਅਤੇ ਲੋਕਾਂ ਜਿਹੜੇ ਕੂੜੇ ਆ ਨਾ ਇਹ ਬੋਰੀਆਂ 'ਚ ਪਾ ਪਾ ਆਪਣੇ ਘਰ ਰੱਖੇ ਜੀ, ਸਾਡਾ ਕੂੜਾ ਆਉਂਦਾ ਨਾ ਬੋਰੀਆਂ 'ਚ ਪਾ ਪਾ ਆਪਣੇ ਘਰਾਂ 'ਚ ਰੱਖਿਆ, ਅਤੇ ਜਿਹੜੇ ਗੜੇ ਆ ਨਾ ਇਹੋ ਜਿਹੜੇ ਪੰਥਦੀਪ ਹੋਣੀਆਂ ਨਾ ਸਰਪੰਚ, ਇਹ ਨੈਸ਼ਨਲ ਅਵਾਰਡ ਦੀ ਗੱਲ ਕਰਦੇ, ਇਹਨਾਂ ਆਪਣੀ ਕੋਠੀ ਵੀ ਆਪਣੇ ਸ਼ਾਮਲਾਟ 'ਚ ਪਾ ਲਈ ਜੀ, ਹੱਡੋ ਰੋੜੇ ਨੂੰ 18 ਮਰਲੇ ਰਾਹ ਜਾਂਦਾ ਜੀ,
ਤੇ ਇੱਕ ਸਰਕਾਰੀ ਖਾਲਜਾਂ ਦਾ ਤੇ ਉਹਦੇ ਵਿੱਚ ਹੁਣ ਕੋਠੀ ਇਹਨਾਂ ਨਵੀਂ ਪਾਈ ਆ। ਪਿੰਡ ਦੇ ਇੱਕ ਜਿਹੜਾ ਸਰਪੰਚ ਆ ਮੌਜੂਦਾ ਉਹਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਨੇ ਦੁਬਾਰਾ ਸਰਪੰਚ ਲੜਨ ਵਾਸਤੇ ਦੁਬਾਰਾ ਕਾਗਜ਼ ਭਰੇ ਆ ਤੇ ਉਹਨਾਂ ਨੇ ਫਿਰ ਉਹਨਾਂ ਦੇ ਕਾਗਜ਼ ਰੱਦ ਕਿਉਂ ਨਹੀਂ ਹੋਏ? ਸਰ ਆਪਾਂ ਗਏ ਸੀਗੇ ਉਹਨਾਂ ਨੂੰ ਦਿਖਾਇਆ ਸੀ ਇਹ ਕਾਗਜ਼ ਸਾਰੇ, ਉਹਨਾਂ ਸਾਡੇ ਕਾਗਜ਼ ਲਏ ਨਹੀਂ ਸੀਗੇ ਔਰ ਆਪਾਂ ਵੀ ਚਾਹੁੰਦੇ ਸੀਗੇ ਵੀ ਇਹਦੇ ਕਾਗਜ਼ ਰੱਦ ਨਾ ਕਰਾਈਏ, ਆਪਾਂ ਚੋਣ ਕਰਾਈਏ ਚੰਗੇ ਤਰੀਕੇ ਨਾਲ। ਜੇ ਕਹਿ ਰਿਹਾ ਕਿ ਮੈਂ ਨੈਸ਼ਨਲ ਅਵਾਰਡ ਲਿਆ, ਲੋਕਾਂ 'ਚ ਬਹੁਤ ਜ਼ਿਆਦਾ ਬਾਹਰ ਪ੍ਰਚਾਰ ਹੋ ਰਿਹਾ, ਇਹਨੂੰ ਵੀ ਪਤਾ ਲੱਗੇ ਕਿ ਅਸੀਂ ਆਪਣੇ ਪਿੰਡ ਵਿੱਚ ਕੀ ਕੰਮ ਕੀਤਾ, ਕਿੰਨੇ ਵੋਟਰ ਮੇਰੇ ਨਾਲ ਆ, ਕਿੰਨੇ ਸਪੋਰਟਰ ਮੇਰੇ ਨਾਲ ਆ, ਸਾਨੂੰ ਇੰਨਾ ਪਤਾ ਕਿ ਅਸੀਂ ਆਪਣੀ ਇਲੈਕਸ਼ਨ ਜਿਹੜੀ ਬਹੁਤ ਤਰੀਕੇ ਨਾਲ ਜਿੱਤਾਂਗੇ, ਜਿੰਨਾ ਵੀ ਹੋ ਸਕਿਆ ਅਸੀਂ ਗਾੜੀ ਵਿਕਾਸ ਵੀ ਕਰਾਂਗੇ, ਇਹਦੇ ਨਾਲੋਂ ਕਿਤੇ ਵੱਧ ਕਰਕੇ ਦੱਸਾਂਗੇ ਸਰ। ਹੁਣ ਇਸ ਸੰਬੰਧ ਦੇ ਵਿੱਚ ਸਾਡੇ ਦਰਮਿਆਨ ਰਿਟਾਇਰਡ ਪ੍ਰਿੰਸੀਪਲ ਮਨਮੋਹਨ ਸਿੰਘ ਸ਼ੀਨਾ ਜੀ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦੇ ਵਿਕਾਸ ਕਾਰਜ ਜਿਹੜੇ ਆ ਤੁਸੀਂ ਉਹਨਾਂ ਤੋਂ ਕਿਵੇਂ ਪ੍ਰਭਾਵਿਤ ਜੇ? ਹੁਣ ਮੈਂ ਪਿੰਡ ਦੇ ਵਿਕਾਸ ਬਾਰੇ ਗੱਲ ਜੇ ਕਰਾਂ ਤੇ ਇਹ ਗੱਲ ਤੇ ਕਰਨ ਤੋਂ ਪਹਿਲਾਂ ਹੀ ਇਹ ਸਾਡੀ ਟੀਮ ਸਾਰੀ ਤੇ ਅਸੀਂ ਵੀ ਜਿਸ ਥਾਂ ਤੇ ਖਲੋਤੇ ਹੋਏ ਆ ਇੱਥੋਂ ਹੀ ਵਿਕਾਸ ਵੈਸੇ ਹੀ ਨਜ਼ਰ ਆਣ ਡਿਆ ਭਈ ਇਹੋ ਜਿਹੀਆਂ ਗਲੀਆਂ ਅਸੀਂ ਇਸ ਪਿੰਡ ਵਿੱਚ ਜੰਮੇ ਪਲੇ ਹੋਏ ਆ, ਇੱਥੇ ਹੀ ਬਹੁਤ ਸਮਾਂ ਰਹੇ ਆ। ਹੁਣ ਉਂਝ ਕੁਝ ਸਮੇਂ ਤੋਂ ਭਾਵੇਂ ਮੈਂ ਗੁਰਦਾਸਪੁਰ ਇੰਨਾ ਜਾਂ ਅਮਰੀਕਾ 'ਚ ਵੀ ਕਦੀ ਜਾਂਦਾ, ਪਰ ਇਹੋ ਜਿਹੀਆਂ ਗਲੀਆਂ ਇਹੋ ਜਿਹੀਆਂ ਜਿਹੜੀਆਂ ਸਟਰੀਟ ਦੇ ਵਿੱਚ ਨਾਂ ਲਿਖੇ ਹੋਏ, ਬੈਂਚ ਲੱਗੇ ਹੋਏ, ਲਾਈਟਾਂ ਲੱਗੀਆਂ ਹੋਈਆਂ, ਸੀਵਰੇਜ ਪਿਆ ਹੋਇਆ, ਇਹ ਕਦੀ ਸੁਪਨੇ 'ਚ ਨਹੀਂ ਸੀ ਸੋਚਿਆ ਜਾ ਸਕਦਾ। ਇਹ ਗੱਲਾਂ ਬੜੀਆਂ ਇਹ ਜਿਹੜੀਆਂ ਗੱਲਾਂ ਨੇ ਆ ਇੱਥੇ ਖਲੋ ਕੇ ਆਪ ਹੀ ਦੱਸਣ ਡੀਆਂ, ਆਪਣੀ ਮਿਸਾਲ ਆਪ ਹੈ, ਇਹ ਕਹਿਣ ਦੱਸਣ ਦੀ ਬਹੁਤੀ ਲੋੜ ਹੀ ਨਹੀਂ ਗੀ। ਔਰ ਇਹ ਜਿਹੜੀ ਗਲੀ ਆ ਇੱਥੇ ਜਦੋਂ ਮੈਂ ਨੌਕਰੀ 'ਚ ਨਵਾਂ ਨਵਾਂ ਆਇਆ ਸੀ ਅਤੇ ਮੈਂ ਕਈ ਵਾਰੀ ਇੱਥੋਂ ਦੀ ਮਤਲਬ ਲੰਘ ਨਹੀਂ ਹਾਂ ਸਕਦੇ ਹੁੰਦੇ ਅਸੀਂ, ਇੱਥੇ ਇੰਨਾ ਇੰਨਾ ਚਿੱਕੜ ਖੋਭਾ ਹੁੰਦਾ ਸੀ ਇਸ ਗਲੀ ਦੇ ਵਿੱਚ ਹੀ ਕਿ ਇੱਥੋਂ ਦੀ ਲੰਘਣਾ ਮੁਸ਼ਕਿਲ ਸੀ। ਸਕੂਟਰ ਮੋਟਰਸਾਈਕਲ ਦੀ ਤਾਂ ਗੱਲ ਛੱਡੋ, ਪੈਦਲ ਨਹੀਂ ਲੰਘਿਆ ਜਾਂਦਾ। ਅੱਜ ਆ ਕਿੰਨੀ ਆ ਬਹਾਰ ਲੱਗੀ ਆ, ਕਿੰਨੀਆਂ ਚਾਰ ਚੁਫੇਰੇ ਵਧੀਆ ਗਲੀਆਂ ਬਣੀਆਂ ਹੋਈਆਂ, ਜੇ ਕੋਈ ਇੱਕ ਅੱਧੀ ਗਲੀ ਰਹਿੰਦੀ ਆ ਤਾਂ ਉਹ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਨੂੰ ਮੌਕਾ ਮਿਲਦਾ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਵੀ ਕੰਮ ਪੂਰਾ ਹੋਏਗਾ, ਵਧੀਆ ਹੋਏਗਾ। ਆਪਾਂ ਇਹ ਪੁੱਛਣਾ ਚਾਹਾਂਗੇ ਪਿੰਡ ਵਾਸੀਆਂ ਨੂੰ ਕਿ ਜੇ ਆਉਣ ਵਾਲੇ ਸਰਪੰਚ ਕੋਲ ਤੁਸੀਂ ਕੀ ਆਸਾਂ ਰੱਖਦੇ? ਆਉਣ ਵਾਲੇ ਸਰਪੰਚ ਸਰਦਾਰ ਮਨਜੀਤ ਸਿੰਘ ਨੂੰ ਅਸੀਂ ਚੁਣਨਾ ਚਾਹੁੰਦੇ ਹਾਂ ਅਤੇ ਬਣਾਉਣਾ ਚਾਹੁੰਦੇ ਹਾਂ। ਸੂਝਵਾਨ ਸਰਪੰਚ ਆ ਸਾਡੇ, ਪੜ੍ਹੇ ਲਿਖੇ, ਅਤੇ ਸਾਡਾ ਸਪੋਰਟ ਇਹਨਾਂ ਦੇ ਨਾਲ ਪੂਰਾ ਜੀ। ਤੁਸੀਂ ਕਿਸੇ ਰਾਜਨੀਤਿਕ ਪੱਖ ਰੱਖਣ ਵਾਲੇ ਬੰਦੇ ਨੂੰ ਸਰਪੰਚ ਚੁਣਨਾ ਚਾਹੁੰਦੇ ਹੋ ਕਿ ਉਵੇਂ ਹੀ ਆਮ ਬੰਦਾ ਜਿਹੜਾ ਪਿੰਡ ਦਾ ਉਹਨੂੰ ਚੁਣਨਾ ਚਾਹੁੰਦੇ? ਨਹੀਂ, ਅਸੀਂ ਆਮ ਬੰਦੇ ਨੂੰ ਚੁਣਿਆ ਜੀ, ਸਾਡਾ ਮਨਜੀਤ ਸਿੰਘ ਜਿਹੜਾ ਵਾ ਪਿੰਡ 'ਚ ਵਿਚਰਦਾ ਵਾ ਸਾਰਿਆਂ ਨਾਲ, ਅਤੇ ਅਸੀਂ ਇਹਨੂੰ ਬਣਾਉਣਾ ਚਾਹੁੰਦੇ। ਪਿੰਡ ਬਾਰੇ ਚੰਗੇ ਕੰਮਾਂ ਵਾਸਤੇ ਜਾਂ ਪਿੰਡ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਆਪ ਦੋ ਲਫ਼ਜ਼ਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ? ਮੈਂ ਬਲਦੇਵ ਸਿੰਘ ਬੋਲ ਰਿਹਾ, ਮੈਂ ਔਰ ਮੈਂ ਯੂ ਐੱਸ ਏ ਰਹਿੰਦਾ ਹੈ। ਇਹਨਾਂ ਨੂੰ ਦੱਸਿਆ ਸੀ ਪਰ ਅੱਜ ਵੀ ਸਾਡੇ ਪੈਸੇ ਜਿਹੜੇ ਪੰਚਾਇਤ ਵਿੱਚ ਪਏ ਆ ਖਾਤੇ ਵਿੱਚ, ਪਰ ਕਿਉਂਕਿ 6 ਮਹੀਨੇ ਪਹਿਲਾਂ ਹੀ ਗੌਰਮੈਂਟ ਨੇ ਜਿਹੜਾ ਕੰਮ ਸੀ ਉਹ ਰੋਕ ਦਿੱਤਾ ਸੀ, ਇਸ ਕਰਕੇ ਉਹ ਜਿਹੜੇ ਪੈਸੇ ਬਾਕੀ ਨੇ ਉਹ ਨਹੀਂ ਲਾ ਸਕੇ, ਕੰਮ ਰੁਕ ਗਿਆ। ਕਿਉਂਕਿ ਉਹਨੇ ਕੰਮ ਨਹੀਂ ਰੋਕਿਆ ਬਲਕਿ ਸਰਕਾਰ ਵੱਲੋਂ ਕੰਮ ਰੋਕਿਆ ਗਿਆ ਹੈ, ਅਤੇ ਜੇ ਗੌਰਮੈਂਟ ਕੰਮ ਨਾ ਰੋਕਦੀ ਤਾਂ ਸ਼ਾਇਦ ਉਹ ਜਿਹੜਾ ਬਾਕੀ ਕੰਮ ਸੀ ਉਹ ਵੀ ਉਹ ਆਪਣਾ ਜਾਰੀ ਰੱਖਦਾ। ਬਾਕੀ ਮੈਨੂੰ ਇੱਥੇ ਕਿਹਾ ਗਿਆ ਵਾ ਕਿ ਮੈਂ ਬਾਹਰੋਂ ਪਿੰਡ 'ਚੋਂ ਆਇਆ ਅੱਗ ਲਾਉਣ ਵਾਸਤੇ, ਮੈਂ ਬੇਨਤੀ ਕਰਾਂਗਾ ਸਾਰੇ ਪਿੰਡ ਨੂੰ ਕਿ ਤੁਸੀਂ ਨਾ ਪੰਥ ਨੂੰ ਦੇਖਣਾ ਹੈ, ਨਾ ਤੁਸੀਂ ਮਨਜੀਤ ਸਿੰਘ ਨੂੰ ਦੇਖਣਾ ਹੈ। ਮੈਂ ਸਿਰਫ ਤੁਹਾਨੂੰ ਪਿੰਡ ਵਾਲੇ ਇੱਕੋ ਬੇਨਤੀ ਕਰਾਂਗਾ ਕਿ ਜੇ ਪਿੰਡ ਵਿੱਚ ਡਿਵੈਲਪਮੈਂਟ ਹੋਈ ਆ, ਸਾਹਮਣੇ ਤੁਹਾਨੂੰ ਦਿਸਦੀ ਆ, ਅਤੇ ਵੋਟਾਂ ਜਿਹੜੀਆਂ ਨੇ ਉਹ ਪੰਥਦੀਪ ਨੂੰ ਪਾ ਦਿਓ। ਔਰ ਜੇ ਤੁਸੀਂ ਸਮਝਦੇ ਹੋ ਕਿ ਇਹ ਜਿਹੜੀ ਡਿਵੈਲਪਮੈਂਟ ਵਾ ਪੰਥਦੀਪ ਨੇ ਨਹੀਂ ਕਰਾਈ, ਇਹ ਪਹਿਲਾਂ ਦੀ ਹੋਈ ਆ, ਤਾਂ ਬੇਸ਼ੱਕ ਮੈਂ ਬਿਲਕੁਲ ਸਾਫ਼ ਰੋਜ਼ ਕਹਾਂਗਾ ਵੀ ਉਹਨੂੰ ਫੇਰ ਸਕ ਵੋਟਾਂ ਨਾ ਪਾਓ। ਸੋ ਅੱਜ ਅਸੀਂ ਪਿੰਡ ਸ਼ੀਨਾ ਦੇ ਵਿੱਚ ਪਿੰਡ ਦੇ ਹੋਏ ਵਿਕਾਸ ਕਾਰਜ ਵੀ ਵੇਖੇ, ਵਿਰੋਧੀ ਪਾਰਟੀ ਨੇ ਪਿੰਡ ਦੇ ਜਿਹੜੇ ਰਹਿੰਦੇ ਵਿਕਾਸ ਕਾਰਜ ਆ ਉਹ ਵੀ ਸਾਨੂੰ ਗਿਣਾਏ। ਸੋ ਅਸੀਂ ਅੱਜ ਜਿੰਨਾ ਕੰਮ ਅਸੀਂ ਦੇਖਿਆ ਉਹਦੇ ਵਿੱਚ ਹੁਣ ਫੈਸਲਾ ਜਿਹੜਾ ਉਹ ਤਾਂ 30 ਤਰੀਕ ਨੂੰ ਵੋਟਰਾਂ ਨੇ ਕਰਨਾ ਵਾ। ਸੋ ਇਸ ਗੱਲ ਦੀ ਅਸੀਂ ਉਡੀਕ ਰੱਖਾਂਗੇ ਕਿ ਆਖਰ ਪਿੰਡ ਵਾਲੇ ਲੋਕ ਵਿਕਾਸ ਨੂੰ ਵੋਟਾਂ ਪਾਉਂਦੇ ਨੇ ਕਿ ਜਾਂ ਇੱਕ ਬੰਦੇ ਨੂੰ ਵੋਟਾਂ ਪਾਉਂਦੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਤੁਹਾਡੇ ਸਾਹਮਣੇ 30 ਤਰੀਕ ਨੂੰ ਪਤਾ ਲੱਗੇਗਾ। ਬਹੁਤ ਬਹੁਤ ਮਿਹਰਬਾਨੀ ਜੀ।